ਠੀਕ ਹੈ ਆਪਣੇ ਦੋਸਤਾਂ ਪੀਰ ਬੈਨੂ ਕਲੋਜ਼ ਹੋ ਕੇ ਵੀਡੀਓ ਵਿਖਾਈ ਹੈ ਮਾਸ਼ਾਅੱਲਾ ਤੁਸੀਂ ਨਿਜ਼ਾਮ ਵੇਖੋ ਅੱਲਾਹ ਤਾਲਾ ਦਾ ਅਸੀਂ ਟਾਲੀਆਂ ਦੇ ਅੱਧੇ ਸਫ਼ਰ 'ਤੇ ਪਹੁੰਚ ਗਏ ਅਸੀਂ ਇੱਥੇ ਰੁਕ ਗਏ ਪਾਣੀ ਆ ਰਿਹਾ ਸੀ ਅਸੀਂ ਕਿਹਾ ਲੰਗਰ ਦਿੱਤਾ ਹੈ ਉਹਦੇ ਵਾਸਤੇ ਸਾਰਿਆਂ ਵਾਸਤੇ ਦੁਆ ਮੰਗੋ ਇਹ ਜੀ ਸਰਕਾਰ ਦੀ ਪਹਿਲੀ ਪਹਿਲੀ ਟਾਲੀ ਹੈਗੀ ਚਿਰਾਗ ਜਲਾਇਆ ਅਤੇ ਤਮਾਮ ਪੀਰ ਬੇ ਵਾਸਤੇ ਦੁਆ ਕੀਤੀ ਹੈ ਇੱਥੇ ਲੰਗਰ ਵੀ ਪਕਾਇਆ ਅਤੇ ਤਮਾਮ ਪੀਰ ਬੇ ਵਾਸਤੇ ਦੁਆ ਅਸਲਾਮ ਵਾਲੇਕੁਮ ਸਾਰੇ ਦੋਸਤਾਂ ਪੀਰ ਬੇ ਨੂੰ ਸਲਾਮ ਹੋ ਗਏ ਜੀ ਮੈਂ ਇਮਤਿਆਜ਼ ਸਰ ਮੁਜਾਵਰ ਅਤੇ ਅਸੀਂ ਅੱਜ ਜਾ ਰਹੇ ਹਾਂ ਟਾਲੀਆਂ 'ਤੇ 25 ਤਰੀਕ ਹੈਗੀ 7ਵਾਂ ਮਹੀਨਾ 2022 ਉੱਥੇ ਜਾ ਕੇ ਇਨਸ਼ਾਅੱਲਾ ਤੁਹਾਨੂੰ ਸਾਰਾ ਮਾਹੌਲ ਸਾਰਾ ਨਿਜ਼ਾਮ ਦਿਖਾਵਾਂਗੇ ਸਰਕਾਰ ਦੀ ਇਬਾਦਤ ਦੀ ਜਗ੍ਹਾ ਹੈਗੀ ਟਾਲੀਆਂ 'ਤੇ ਅਤੇ ਅਸੀਂ ਹੁਣ ਜਾ ਰਹੇ ਹਾਂ ਟਾਲੀਆਂ 'ਤੇ ਬਾਬੇ ਦੀਆਂ ਅੱਜ 25 ਇਸ ਪਹਾੜ ਦੇ ਪਿੱਛੇ ਸਰਕਾਰ ਦੀਆਂ ਟਾਲੀਆਂ ਹੈਗੀਆਂ ਉੱਥੇ ਜਾ ਕੇ ਤੁਹਾਨੂੰ ਜ਼ਿਆਰਤ ਕਰਨ ਦੇ ਤਮਾਮ ਪੀਰ ਬੇਨ ਅਤੇ ਸਾਹਮਣੇ ਨਦੀ ਵੀ ਚੜ ਰਹੀ ਹੈ ਬਾਬੇ ਦੀ ਤੁਸੀਂ ਵੇਖ ਸਕੋ ਹਾਲੇ ਤੱਕ ਵੀ ਕਿਆ ਨਜ਼ਾਰਾ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਸਰਕਾਰ ਦੀ ਨਦੀ ਚੜ ਰਹੀ ਹੈ ਰੋਜ਼ ਦੀਆਂ ਨਦੀਆਂ ਬਾਰਿਸ਼ਾਂ ਆ ਰਹੀਆਂ ਨੇ ਸਖਤ ਸੁਸ਼ੇ ਅੱਜ 25 ਤਰੀਕ ਹੈਗੀ 25 ਤਰੀਕ ਦੀ ਤੁਹਾਨੂੰ ਵੀਡੀਓ ਵਿਖਾ ਰਹੇ ਅਸੀਂ ਜਾ ਰਹੇ ਹਾਂ ਟਾਲੀਆਂ 'ਤੇ ਬਾਬੇ ਦੀਆਂ ਥੱਲੇ ਨਦੀ ਦਾ ਨਜ਼ਾਰਾ ਕਰੋ ਬਾਬੇ ਦੀ ਨਦੀ ਦਾ ਇਹ ਜੀ ਸਾਹਮਣੇ ਸਰਕਾਰ ਦੀ ਨਦੀ ਚੱਲ ਰਹੀ ਹੈ ਕਲੋਜ਼ ਹੋ ਕੇ ਤੁਸੀਂ ਵਿਖਾ ਦੇ ਜ਼ੂਮ ਕਰਕੇ ਇਹ ਨਦੀ ਚੱਲ ਰਹੀ ਹੈ ਇਸ ਸਾਈਡ ਵਾਲੀ ਇਸ ਸਾਈਡ ਵਾਲੀ ਚੱਲਣੀ ਬੰਦ ਹੋ ਗਈ ਕਿਉਂਕਿ ਇੱਧਰੋਂ ਬਾਰਿਸ਼ ਥੋੜ੍ਹੀ ਘੱਟ ਆਈ ਸੀ ਇੱਧਰੋਂ ਬਾਰਿਸ਼ ਥੋੜ੍ਹੀ ਜ਼ਿਆਦਾ ਆਈ ਸੀ ਅਤੇ ਮਾਸ਼ਾਅੱਲਾ ਤੁਸੀਂ ਪਹਾੜਾਂ ਦਾ ਨਜ਼ਾਰਾ ਵੇਖੋ ਜੀ ਲਾਲਾ ਮੁਸਕਾਰ ਸੈਦ ਅਹਿਮਦ ਸੁਲਤਾਨ ਪੀਰ ਨਿਗਹਿਨ ਸਰਕਾਰ ਦੇ ਨਜ਼ਾਰ ਪਹਾੜੇ ਦੇ ਨਜ਼ਾਰਾ ਵੇਖੋ ਇੱਥੇ ਜਦੋਂ ਉਰਸ ਹੁੰਦਾ ਨਾ ਸਰਕਾਰ ਦੇ ਜਦੋਂ ਮਾਨੀ ਮੁਰੀਦ ਮੰਨਣ ਵਾਲੇ ਦੂਰ ਦਰਾਜ ਤੋਂ ਆਉਂਦੇ ਨੇ ਕਾਫੀ ਖੁਸ਼ ਹੁੰਦੇ ਨੇ ਸਰਕਾਰ ਦੇ ਪਹਾੜਾਂ ਦੀ ਜ਼ਿਆਰਤ ਕਰਕੇ ਪਹਾੜਾਂ 'ਚ ਆ ਕੇ ਆਗਰ ਪੱਤੀਆਂ ਤੋਂ ਤੇਲ ਵੀ ਲੈ ਕੇ ਜਾ ਰਹੇ ਹਾਂ ਉੱਥੇ ਚਰਾਗਾਂ ਵਾਸਤੇ ਕਿਉਂਕਿ ਉੱਥੇ ਸਰਕਾਰ ਦੀ ਇਬਾਦਤ ਦੀ ਜਗ੍ਹਾ ਸਰਕਾਰ ਦੀ ਗੱਦੀ ਬਣੀ ਹੋਈ ਹੈ ਇਹ ਜੀ ਬਾਰਾਂ ਦਿਓ ਜਦੋਂ ਪਹਾੜ ਗਿਰਿਆ ਸੀ ਤਾਂ ਰਸਤਾ ਕੱਲ੍ਹ ਬੰਦ ਹੋ ਗਿਆ ਸੀ ਅੱਜ ਰਸਤਾ ਬਿਲਕੁਲ ਖੁੱਲ੍ਹ ਗਿਆ ਉਹੀ ਥੋੜ੍ਹਾ ਰਸਤਾ ਖੁੱਲ੍ਹਿਆ ਛੋਟੀਆਂ ਗੱਡੀਆਂ ਦਾ ਬਾਰਾਂ ਦਿਓ ਜਾ ਕੋਲ ਗੱਡੀ ਗਿਆ ਸੀ ਅਸੀਂ ਜਾ ਰਹੇ ਹਾਂ ਟਾਲੀਆਂ 'ਤੇ ਮੋਟਰਸਾਈਕਲ ਨੂੰ ਧੱਕਾ ਲਾਉਣਾ ਪੈਂਦਾ ਕਿਉਂਕਿ ਪਾਣੀ ਥੋੜ੍ਹਾ ਵੱਡਾ ਹੈਗਾ ਅਤੇ ਟਾਲੀਆਂ ਜਾ ਕੇ ਇਨਸ਼ਾਅੱਲਾ ਤੁਹਾਨੂੰ ਸਾਰੇ ਪੀਰ ਬੇ ਨੂੰ ਵੀਡੀਓ ਵਿਖਾਵਾਂਗੇ ਟਾਲੀਆਂ ਦੀ ਪਹਾੜਾਂ ਦੇ ਵਿੱਚੋਂ ਥੱਲੋਂ ਪਾਣੀ ਆ ਰਿਹਾ ਤੁਸੀਂ ਵੇਖ ਸਕਦੇ ਹੋ ਹਾਲੇ ਤੱਕ ਵੀ ਚੜ ਰਿਹਾ ਹੈ ਪਾਣੀ ਮਾਸ਼ਾਅੱਲਾ ਜੀ ਸੁਬਾਨ ਅੱਲਾ ਸਰਕਾਰ ਦੇ ਪਹਾੜ ਨੇ ਲਾਲਾਂ ਵਾਲੀ ਸਰਕਾਰ ਸਖੀ ਸਰਵਾ ਸੈਦ ਅਹਿਮਦ ਸੁਲਤਾਨ ਦੇ ਪਹਾੜ ਵੇਖੋ ਅਤੇ ਪਾਣੀ ਵੇਖੋ ਪਹਾੜਾਂ ਦੇ ਵਿੱਚੋਂ ਆ ਰਿਹਾ ਪਾਣੀ ਕਾਫੀ ਠੰਡਾ ਪਾਣੀ ਹੈਗਾ ਜੀ ਕਿਆ ਆਪਣੇ ਦੋਸਤਾਂ ਪੀਰ ਬੇ ਨੂੰ ਕਲੋਜ਼ ਹੋ ਕੇ ਵੀਡੀਓ ਵਿਖਾਈ ਹੈ ਮਾਸ਼ਾਅੱਲਾ ਤੁਸੀਂ ਨਿਜ਼ਾਮ ਵੇਖੋ ਅੱਲਾਹ ਤਾਲਾ ਦਾ ਅਸੀਂ ਟਾਲੀਆਂ 'ਤੇ ਅੱਧੇ ਸਫ਼ਰ 'ਤੇ ਪਹੁੰਚ ਗਏ ਅਸੀਂ ਇੱਥੇ ਰੁਕ ਗਏ ਪਾਣੀ ਆ ਰਿਹਾ ਸੀ ਅਸੀਂ ਕਿਹਾ ਆਪਣੇ ਦੋਸਤਾਂ ਨੂੰ ਅਤੇ ਸਖੀ ਦੇ ਮੰਨਣ ਨੂੰ ਵੀਡੀਓ ਵਿਖਾਈ ਹੈ ਇਸ ਜਗ੍ਹਾ 'ਤੇ ਨਾਲ ਇੱਕ ਕਬਰ ਵੀ ਹੈਗੀ ਜਿਹੜਾ ਸਰਕਾਰ ਦੇ ਟਾਲੀਆਂ 'ਚ ਜਾ ਰਿਹਾ ਸੀ ਪਾਣੀ ਨਹੀਂ ਸੀ ਪਾਣੀ ਨਹੀਂ ਸੀ ਅਤੇ ਇੱਥੇ ਹੁਣ ਪਾਣੀ 24 ਘੰਟੇ 'ਤੇ ਰਹਿੰਦਾ ਪਾਣੀ ਮੁੱਕਦਾ ਨਹੀਂ ਇੱਥੇ ਅਤੇ ਉਹਨਾਂ ਦੇ ਅੱਗੇ ਹੋ ਕੇ ਤੁਹਾਡੀ ਕਬਰ ਵਿਖਾਉਂਦੇ ਹਾਂ ਬੰਦੇ ਦੀ ਉਹਨਾਂ ਦੀ ਕਬਰ ਇੱਥੇ ਫੋਤ ਹੋ ਗਿਆ ਸੀ ਅਤੇ ਉਹਨਾਂ ਨੂੰ ਇੱਥੇ ਰੱਖਿਆ ਸੀ ਇਸ ਜਗ੍ਹਾ 'ਤੇ ਕਬਰ ਹੈਗੀ ਇੱਥੇ ਜਿਹੜਾ ਬੰਦਾ ਦੁਆ ਕਰਦਾ ਨਾ ਉਹਨਾਂ ਦੁਆ ਕਬੂਲ ਹੁੰਦੇ ਕਿਉਂਕਿ ਮਲੰਗ ਫਕੀਰ ਸੀ ਟਾਲੀਆਂ 'ਚ ਜਾ ਰਿਹਾ ਸੀ ਮੁਸਾਫਿਰ ਸੀ ਇਹ ਪਤਾ ਨਹੀਂ ਕਿੱਥੋਂ ਦਾ ਸੀ ਇਹਦਾ ਨਾਂ ਦਾ ਨਹੀਂ ਪਤਾ ਇਹ ਜਗ੍ਹਾ 'ਤੇ ਉਹਦੀ ਕਬਰ ਹੈਗੀ ਇੱਥੇ ਲੋਕ ਦੁਆ ਵੀ ਕਰਦੇ ਨੇ ਪਾਣੀ ਦੀ ਵਜ੍ਹਾ ਕੋਲੋਂ ਪਿਆਸਾ ਸੀ ਕਿਉਂਕਿ ਪਹਿਲੇ ਗੱਡੀਆਂ ਸਵਾਰੀਆਂ ਨਹੀਂ ਸੀ ਨਾ ਗੱਡੀਆਂ ਸਵਾਰੀਆਂ ਤਾਂ ਹੁਣ ਆ ਗਈਆਂ ਸੀ ਪਾਣੀ ਦੀ ਵਜ੍ਹਾ ਕੋਲੋਂ ਪਿਆਸਾ ਸੀ ਅਤੇ ਪਾਣੀ ਨਹੀਂ ਸੀ ਫੋਤ ਹੋ ਗਿਆ ਸੀ ਮਾਸ਼ਾਅੱਲਾ ਹੁਣ ਇੱਥੇ ਪਾਣੀ ਵੇਖੋ ਮੁਸਾਫਿਰ ਸੀ ਇਹ ਨਹੀਂ ਪਤਾ ਹੁਣ ਕਿੱਥੋਂ ਦਾ ਸੀ ਸਫ਼ਰ ਕਰਕੇ ਟਾਲੀਆਂ 'ਚ ਜਾ ਰਿਹਾ ਸੀ ਅਤੇ ਰਸਤੇ 'ਤੇ ਫੋਤ ਹੋ ਗਿਆ ਸੀ ਇਹ ਜਗ੍ਹਾ 'ਤੇ ਬੰਦੇ ਦੀ ਕਬਰ ਹੈਗੀ ਇੱਥੇ ਹੁਣ ਲੋਕ ਦੁਆ ਪੜ੍ਹਦੇ ਨੇ ਦੁਆ ਮੰਗਦੇ ਨੇ ਇੱਥੇ ਜਿਹੜੇ ਲੋਕ ਰਹਿੰਦੇ ਨੇ ਅਸੀਂ ਉਹਨਾਂ ਕੋਲ ਪੁੱਛਿਆ ਸੀ ਉਹ ਕਹਿੰਦੇ ਨੇ ਇੱਥੇ ਸਰਕਾਰ ਲਾਲਾ ਸਰਕਾਰ ਗਏ ਸੀ ਟਾਲੀਆਂ 'ਤੇ ਇਬਾਦਤ ਕਰਨ ਇਹ ਸਰਕਾਰ ਦਾ ਆਸ਼ਿਕ ਸੀ ਦੀਵਾਨਾ ਸੀ ਉਹਨਾਂ ਨੂੰ ਮਿਲਣ ਜਾ ਰਿਹਾ ਸੀ ਸਰਕਾਰ ਲਾਲਾ ਸਰਕਾਰ ਨੂੰ ਅਤੇ ਪਾਣੀ ਨਹੀਂ ਸੀ ਪੈਦਲ ਜਾ ਰਿਹਾ ਸੀ ਕਿਉਂਕਿ ਪਹਿਲੇ ਗੱਡੀਆਂ ਸਵਾਰੇ ਨਹੀਂ ਹੁੰਦੇ ਸੀ ਪਾਣੀ ਨਹੀਂ ਸੀ ਅਤੇ ਪਿਆਸ ਦੇ ਚਲੋ ਫੋਤ ਹੋ ਗਿਆ ਸੀ ਇੱਥੇ ਅਤੇ ਉਹਨਾਂ ਦੀ ਕਬਰ ਇੱਥੇ ਬਣਾ ਦਿੱਤੀ ਸੀ ਅਜੇ ਸਰਕਾਰ ਦਾ ਆਸ਼ਿਕ ਸੀ ਪੀਰ ਨਿਗਹਿਨ ਸਰਕਾਰ ਲਾਲਾ ਸਰਕਾਰ ਦਾ ਆਸ਼ਿਕ ਸੀ ਅਤੇ ਉਹਨਾਂ ਦੀ ਕਬਰ ਮੁਬਾਰਕ ਇੱਥੇ ਅਸੀਂ ਦੁਆ ਕਰਦੇ ਹਾਂ ਤੁਸੀਂ ਆਮੇਨ ਲਿਖਣਾ ਕਮੈਂਟ ਦੇ ਵਿੱਚ ਤਮਾਮ ਪੀਰ ਬੇ ਸਮੇਂ ਦੁਆ ਕਰ ਰਹੇ ਹਾਂ ਕਿ ਸਖੀ ਲਜਪਾਲ ਆਪਣੇ ਦੀਵਾਨੇ ਦੇ ਸਦਕੇ ਆਪਣੇ ਆਸ਼ਿਕ ਦੇ ਸਦਕੇ ਸਾਡੀਆਂ ਸਾਰੀਆਂ ਦੀਆਂ ਪਰੇਸ਼ਾਨੀਆਂ ਦੂਰ ਕਰੇ ਜੀ
ਅਸੀਂ ਜੀ ਫਾਈਨਲ ਟਾਲੀਆਂ ਤੇ ਬਾਬੇ ਦੀ ਪਹੁੰਚ ਗਏ ਲਾਸਟ ਤੁਹਾਨੂੰ ਨਦੀ ਵਿਖਾ ਰਹੇ ਫਿਰ ਇਹ ਵੀ ਉੱਥੇ ਜਾ ਕੇ ਮਿਕਸ ਹੋ ਕੇ ਮਿਲਦੀ ਹੈ ਇਹ ਨਦੀ ਫਿਲਹਾਲ ਛੋਟੀ ਚੱਲ ਰਹੀ ਹੈ ਰਾਤੀ ਤਾਂ ਵੱਡੀ ਸੀ ਸੁਬਹ ਸੁਬਹ ਆਈ ਸੀ ਲੇਕਿਨ ਛੋਟੀ ਚੱਲ ਰਹੀ ਹੈ ਫਿਰ ਮਾਸ਼ਾਅੱਲਾ ਜੀ ਟਾਲੀਆਂ ਤੇ ਪਹੁੰਚ ਗਏ ਬਾਬੇ ਦੇ ਟਾਲੀਆਂ ਦੇ ਅਸੀਂ ਟਾਲੀਆਂ ਤੇ ਪਹੁੰਚੇ ਹਾਂ ਲੇਕਿਨ ਉੱਥੇ ਬਾਰਿਸ਼ ਆ ਗਈ ਸੀ ਅਤੇ ਅਸੀਂ ਰੁਕ ਗਏ ਬਾਰਿਸ਼ ਰੁਕੇਗੀ ਅਸੀਂ ਫਿਰ ਅੱਗੇ ਚੱਲਾਂਗੇ ਆਪਣੇ ਦੋਸਤਾਂ ਨੂੰ ਟਾਲੀਆਂ ਵਿਖਾਵਾਂਗੇ ਆਪਣੇ ਪੀਏ ਪੇ ਅਤੇ ਆਪਣੇ ਦੋਸਤਾਂ ਨੂੰ ਟਾਲੀਆਂ ਵਿਖਾਵਾਂਗੇ ਸਰਕਾਰ ਦੀਆਂ ਇਹ ਜੀ ਸਰਕਾਰ ਲਾਲਾਵਰ ਸਰਕਾਰ ਸੈਯਦ ਅਹਿਮਦ ਸੁਲਤਾਨ ਪੀਰ ਨਿਗਾਨ ਸਰਕਾਰ ਦੇ ਟਾਲੀਆਂ 'ਤੇ ਆ ਗਈਆਂ ਤੁਸੀਂ ਪਾਣੀ ਵੇਖ ਸਕਦੇ ਹੋ ਕਿੰਨਾ ਸਾਫ਼ ਕਲੀਅਰ ਪਾਣੀ ਚੱਲ ਰਿਹਾ ਹੈ ਸੁਣੀ ਪਾਣੀ ਚੱਲ ਰਿਹਾ ਸਾਫ਼ ਕਲੀਅਰ ਇੱਕ ਇਹ ਪਾਸੇ ਪਾਣੀ ਚੱਲ ਰਿਹਾ ਹੈ ਅਤੇ ਦੂਸਰੇ ਇਹ ਪਾਸੇ ਪਾਣੀ ਚੱਲ ਰਿਹਾ ਹੈ ਦੋ ਸਾਈਡਾਂ 'ਤੇ ਪਾਣੀ ਚੱਲ ਰਹੇ ਨੇ ਨਦੀ ਆ ਰਹੀ ਨਾ ਟਾਲੀਆਂ ਵਾਲੀ ਨਦੀ ਅਸੀਂ ਨੂੰ ਕਹਿੰਦੇ ਟਾਲੀਆਂ ਤੋਂ ਟਾਲੀਆਂ ਜਿਹੜੀ ਬਾਰਿਸ਼ ਹੁੰਦੀ ਨਾ ਪਾਣਾ ਪਾਣੀ ਇਕੱਠਾ ਹੋ ਕੇ ਚੱਲਦਾ ਹੈ ਇਹ ਟਾਲੀਆਂ ਨਦੀ ਇਹ ਭਾਈ ਇਹ ਕਿਹੜੀ ਨਦੀ ਹੈਗੀ ਹੈ ਹਾਂ ਇਹ ਟਾਲੀਆਂ ਨਦੀ ਹੈਗੀ ਪਹਾੜ ਨਦੀ ਪਾਣੀ ਦਾ ਕਲਰ ਚੈੱਕ ਕਰੋ ਕਲਰ ਇਹ ਕਲਰ ਹੀ ਵੇਖੋ ਪਾਣੀ ਦਾ ਅਤੇ ਇਹ ਸਰਕਾਰ ਦੇ ਟਾਲੀਆਂ ਵਾਲਾ ਪਾਣੀ ਕਿੰਨਾ ਸਾਫ਼ ਕਲੀਅਰ ਹੈਗਾ ਟਾਲੀਆਂ ਨਦੀ ਪਾਣੀ ਚੱਲ ਰਿਹਾ ਤੁਸੀਂ ਵੇਖ ਸਕਦੇ ਹੋ ਅਸੀਂ ਇਸ ਤੋਂ ਅੱਗੇ ਹੈਗਾ ਟਾਲੀਆਂ ਬਾਬੇ ਦੀਆਂ ਉੱਥੇ ਜਾ ਕੇ ਤੁਹਾਨੂੰ ਬਾਬੇ ਦੀ ਜਗ੍ਹਾ ਵੀ ਖਾਂਦੇ ਬੈਠਕ ਵੀ ਖਾਂਦੇ ਜਿੱਥੇ ਸਰਕਾਰ ਨੇ ਬਹਿ ਕੇ ਇਬਾਦਤ ਕੀਤੀ ਜਗ੍ਹਾ ਵੀ ਖਾਂਦੇ ਤੁਹਾਨੂੰ ਪਾਣੀ ਸ਼ੋਰ ਵੇਖੋ ਸ਼ੋਰ ਇਹ ਪਾਣੀ ਅਤੇ ਉਹ ਪਾਣੀ ਨਦੀਆਂ ਇਕੱਠੇ ਹੋ ਕੇ ਫਿਰ ਜਦੋਂ ਦਰਬਾਰ 'ਤੇ ਪਹੁੰਚ ਜਾਂਦੇ ਨਾ ਦਰਬਾਰ ਅਤੇ ਸਰਕਾਰ ਦੇ ਪੌੜੀਆਂ ਦੇ ਸਿਰ 'ਤੇ ਇਹਨਾਂ ਦੀ ਇੱਕਾ ਸ਼ਕਲ ਹੋ ਜਾਂਦੀ ਸਾਰੇ ਪਾਣੀ ਅਤੇ ਹਰ ਪਾਸੇ ਪਾਣੀ ਚੱਲਦਾ ਹੈ ਹੁਣ ਵੇਖੋ ਇਹ ਸਾਈਡ 'ਤੇ ਅਲੱਗ ਪਾਣੀ ਚੱਲ ਰਿਹਾ ਇਸ ਸਾਈਡ 'ਤੇ ਅਲੱਗ ਪਾਣੀ ਚੱਲ ਰਿਹਾ ਹਰ ਪਾਸੇ ਪਾਣੀ ਚੱਲ ਕੇ ਨਾ ਫਿਰ ਇਹਨਾਂ ਦੀ ਇੱਕ ਹੀ ਸ਼ਕਲ ਬਣ ਜਾਂਦੀ ਹੈ ਪਾਣੀ ਨਦੀ ਦੀ ਬਾਰਿਸ਼ ਹੋ ਕੋ ਬਾਰਿਸ਼ ਬੜੀ ਤੇਜ਼ ਹੈਗੀ ਦੁਆ ਕਰੋ ਕਾਫੀ ਵੱਡੀ ਨਦੀ ਨਾ ਆਵੇ ਕਿਉਂਕਿ ਅਸੀਂ ਫਿਰ ਫਸ ਨਾ ਜਾਈਏ ਅਤੇ ਟਾਲੀਆਂ ਅਸੀਂ ਪਹੁੰਚਾਉਣਾ ਲੈ ਗਏ ਇਹ ਵੀ ਟਾਲੀਆਂ ਆਏ ਗਿਆ ਹਾਂ ਇੱਥੋਂ ਨਦੀ ਵੱਡੀ ਆ ਹੋ ਕੇ ਚੱਲਦੀ ਹੈ ਇੱਥੇ ਵੀ ਕਾਫੀ ਦੇਰ ਬੈਠ ਜਾਣਾ ਅੱਛਾ ਅੱਲਾ ਕਰਸੀ ਨੀ ਨਦੀ ਨਾ ਉਸ ਜਿੱਥੇ ਅਸੀਂ ਜਾਵਾਂਗੇ ਫਿਰ ਆਏਗੀ ਇਹ ਜੀ ਸਰਕਾਰ ਦੀ ਪਹਿਲੀ ਟਾਲੀ ਹੈਗੀ ਇਹਦੇ ਅੱਗੇ ਹੋਰ ਟਾਲੀਆਂ ਕਿੰਨੀਆਂ ਹੈਗੀਆਂ ਅੱਗੇ ਚਾਰ ਪੰਜ ਟਾਲੀਆਂ ਮਤਲਬ ਇਹ ਸਰਕਾਰ ਦੀਆਂ ਗੱਡੀਆਂ ਨੇ ਜਿੱਥੇ ਸਰਕਾਰ ਬਹਿੰਦੇ ਸੀ ਇਬਾਦਤ ਕਰਦੇ ਸੀ ਅਸੀਂ ਪਹਿਲੀ ਟਾਲੀ ਤੁਹਾਨੂੰ ਵਿਖਾਉਂਦੇ ਹਾਂ ਉੱਥੇ ਚਰਾ ਕੇ ਰੋਸ਼ਨ ਕਰਦੇ ਹਾਂ ਅਤੇ ਤਮਾਮ ਪੀਰ ਪਿਆਂ ਉੱਥੇ ਦੁਆ ਕਰਦੇ ਹਾਂ ਅਤੇ ਵੇਖੋ ਪਹਾੜ ਅੰਦਰ ਸਰਕਾਰ ਨੇ ਡੇਰਾ ਲਾਇਆ ਲਾਲਾਵਰ ਸਰਕਾਰ ਲੱਖ ਦਿੱਤਾ ਸੈਯਦ ਅਹਿਮਦ ਸੁਲਤਾਨ ਪਹਾੜ ਅੰਦਰ ਵੇਖੋ ਫਿਰ ਸਰਕਾਰ ਮਜ਼ੇ ਦੀ ਗੱਲ ਵੇਖੋ ਸਰਕਾਰ ਦੀ ਨਦੀ ਚੱਲ ਰਹੀ ਹੈ ਨਦੀ ਦਾ ਪਾਣੀ ਚੱਲ ਰਿਹਾ ਹੈ ਇੱਥੇ ਕਿੰਨੀ ਖਾਮੋਸ਼ੀ ਹੋ ਗਈ ਇੱਕ ਹੋਰ ਗੱਲ ਵੀ ਹੈਗੀ ਕਿਉਂਕਿ ਸਰਕਾਰ ਸੈਯਦ ਅਹਿਮਦ ਸੁਲਤਾਨ ਪੀਰ ਨਿਗਾਇਨ ਸਰਕਾਰ ਸੈਯਦ ਅਹਿਮਦ ਸੁਲਤਾਨ ਨੂੰ ਪਹਾੜ ਬਹੁਤ ਪਸੰਦ ਸੀ ਕਿਉਂਕਿ ਆਪ ਸਰਕਾਰ ਪਹਾੜ ਨੂੰ ਬੈਠ ਕੇ ਬਦਲ ਕਰਦੇ ਸੀ ਅਸੀਂ ਵੈਸੇ ਚਾਰ ਬੰਦੇ ਆਏ ਹਾਂ ਟਾਲੀਆਂ 'ਤੇ ਬਾਬੇ ਦੀਆਂ ਚਾਰ ਬੰਦੇ ਆਏ ਅਤੇ ਆਪਣਾ ਖਾਣ ਪਿਆਉਣ ਨਾਲ ਲੈ ਕੇ ਆਏ ਕਿਉਂਕਿ ਇੱਥੇ ਦੇ ਹੋਟਲ ਵਗੈਰਾ ਤਾਂ ਨਹੀਂ ਹੈਗੇ ਅਸੀਂ ਆਪ ਪਕਾਉਣੀ ਇੱਥੇ ਹਾਂਜੀ ਅਤੇ ਸਾਡੇ ਨਾਲ ਨਾਲ ਰਹਿਣਾ ਵੀਡੀਓ ਅਸੀਂ ਤੁਹਾਨੂੰ ਅੱਗੇ ਜਾ ਕੇ ਵੀ ਖਾਂਦੇ ਹਾਂ ਸਰਕਾਰ ਦੇ ਟਾਲੀਆਂ ਦੀ ਜਿਹੜੀ ਸਰਕਾਰ ਲਾਲਾਵਰ ਸਰਕਾਰ ਦੀ ਪਹਿਲੀ ਟਾਲੀ ਹੈਗੀ ਪਹਿਲੀ ਅਸੀਂ ਉੱਥੇ ਪਹੁੰਚ ਗਏ ਹਾਂ ਬਿਲਕੁਲ ਨਾਲ ਹੀ ਆ ਗਏ ਟਾਲੀ ਤੋਂ ਉਹ ਤੁਹਾਨੂੰ ਸਲਾਮ ਕਰਾਉਂਦੇ ਅੱਗੇ ਹੋਰ ਹੈਗੀਆਂ ਉੱਥੇ ਤੁਹਾਨੂੰ ਵੇਖਾਂਦੇ ਹਾਂ ਇੱਥੇ ਇਹ ਜੀ ਸਰਕਾਰ ਦੀ ਪਹਿਲੀ ਟਾਲੀ ਯਾਨੀ ਸਰਕਾਰ ਦੀ ਪਹਿਲੀ ਜਿਹੜੀ ਸਰਕਾਰ ਦੀ ਗੱਦੀ ਹੈਗੀ ਜਿੱਥੇ ਸਰਕਾਰ ਇਬਾਦਤ ਕਰਦੇ ਸੀ ਉਹ ਤੁਹਾਨੂੰ ਜਗ੍ਹਾ ਵਿਖਾਉਂਦੇ ਅੱਗੇ ਚੱਲ ਕੇ ਹੈਗਾ ਦੋ ਸਾਡੇ ਨਾਲ ਚੱਲਦੇ ਨੇ ਸਾਡੇ ਨਾਲ ਸਾਡੇ ਦੋਸਤ ਵੀ ਹੈਗੇ ਚਾਰ ਤਿੰਨ ਚੌਥਾ ਮੈਂ ਹੈਗਾ ਅਗਰ ਚੱਲਦੇ ਨੇ ਤਾਂ ਅੱਗੇ ਤੁਹਾਨੂੰ ਜਗ੍ਹਾ ਵਿਖਾਉਂਦੇ ਉਹ ਪਤਾ ਨਹੀਂ ਹੈ ਇਹਨਾਂ ਦੇ ਜਿਸ ਤਰ੍ਹਾਂ ਕਹਿਣਗੇ ਫਿਰ ਉਸ ਤਰ੍ਹਾਂ ਕਰਾਂਗੇ ਫਿਲਹਾਲ ਤੁਹਾਨੂੰ ਪਹਿਲੀ ਜਿਹੜੀ ਸਰਕਾਰ ਦੀ ਗੱਦੀ ਉੱਥੇ ਤੁਹਾਨੂੰ ਸਲਾਮ ਕਰਨੇ ਅਤੇ ਜ਼ਿਆਰਤ ਕਰਾਂਗੇ ਇਹ ਜੀ ਸਰਕਾਰ ਦੀ ਪਹਿਲੀ ਗੱਦੀ ਇਬਾਦਤ ਦੀ ਜਗ੍ਹਾ ਹੈਗੀ ਇੱਥੇ ਚਿਰਾਗ ਰੋਸ਼ਨ ਹੁੰਦੇ ਨੇ ਫਿਲਹਾਲ ਤਾਂ ਬਾਰਿਸ਼ਾਂ ਹੋ ਰਹੀਆਂ ਨੇ ਪਹਿਲੇ ਬੰਦੇ ਅਸੀਂ ਇੱਧਰ ਟਾਲੀ 'ਤੇ ਆ ਗਏ ਅਤੇ ਤੁਹਾਨੂੰ ਹੋਰ ਹੀ ਗੱਲ ਦੱਸਾਂ ਮਜ਼ੇ ਦੀ ਇੱਕ ਹੋਰ ਗੱਲ ਦੱਸੀ ਤੁਹਾਨੂੰ ਮਜ਼ੇ ਹੋਰ ਗੱਲ ਇਹ ਹੈ ਕਿ ਇੱਥੇ FMC ਵੀ ਹੈਗਾ
FMC फराद न्यूज सेंटर। माशाल्लाह जी वेखो साडा FMC कितने के चल रहा सरकार की दुआ नाल। FMC फराद न्यूज सेंटर सरकार टालियां ते भी करें। ये रस्से बने ने इत्थे बकरे ज़िबा होंदे ने, इत्थे इत्थे होंदे ने बकरे ज़िबा, जिन्नी मन्नतां होंदियां पूरियां होंदियां ने इत्थे आके बकरे ज़िबा करदे ने। ते असीं दुआ करें जिहड़े बंदे की मन्नत मनौती हैगी इस वीडियो के जरिए वो मन्नत मन सकता है, जो मन्नत पूरी हो जाए जिनी तौफीक हैगी इत्थे आके मतलब टालियां ते जिहड़ी चीज़ उहदा दिल करे इत्थे आके लंगर तकसीम करे, उहदी मर्ज़ी जो चीज़ दिल करे। सरकार की पहली टाली है कि इतने चिराग रोशन होते हैं इस जगह पर। तो फिलहाल बारिशें है कोई नहीं आ रहा। सारे पीर भी दुआ करना सारे वास्ते, जरा बंदा वीडियो देख रहा शेयर करे सारे वास्ते दुआ करना। सरकार की पहली टाली जी लाला सरकार की साडा दोस्त साडा मुजा और दुआ कर रही है तमाम पीर भाई वास्ते, असी आप ही दुआ करते हैं। लंगर दिता है उनके वास्ते सारे वास्ते दुआ मंगो। ये जी सरकार की पहली टाली है कि चिराग जलाया तो तमाम पीर भाई दुआ की है, इतने लंगर भी पकाया तो तमाम पीर भाई दुआ ही की है। वीडियो में पूरा वेखना, वीडियो मुकम्मल वेखना, लंगर की सरकार की टाली मुकम्मल तुम वीडियो दिखावे दोस्तों। तो साड़ी अगर वीडियो पसंद आए तो दोस्तों शेयर करना, चैनल में सबसक्राइब करना। सरकार के चिराग पहली टाली के चिराग के अगर पिते जला के तमाम पीर भाई वास्ते दुआ की है, खासकर उन्होंने वास्ते की जरा इतने सू स्पेशल भेजा है लंगर दे के, इतने असं लंगर ही पकाया तो तमाम पीर भाई दुआ भी की है। ए जी सरकार की पहली टाली है, पहली टाली से देखो पानी आ रहा है पहाड़ के उत्तों। माशाल्लाह जी क्या निजाम है अल्लाह पाक का। तो साडे मुर्शिद सखी लजपाल इतने आके उन्होंने इबादत की थी, तो पहाड़ ही सरकार ने इबादत की थी पहाड़ के अंदर। असी जी हूँ दूसरी टाली से पहुँचने वाले हैं, अपने दोस्तों उत्थे जाके वीडियो मुकम्मल दिखावे। काफ़ी सफ़र करके हैं बस नाल ही आ गए बस, तो अगे चल के अपने दोस्तों दूसरी टाली सरकार की दिखाते हैं, तो उत्थे चल के दुआ भी करते हैं। सामने लंगर भी तैयार हो रहा है, लंगर रोटी बनी तैयार हो रही है। सालन रोटियां तो असं ले आए पक्या पकाया, तो लंगर तैयार हो रहा, लंगर असी लंगर की वीडियो तुम्हें दिखावे। उत्ते चल के तुम फिर ज़्यादा करेंगे सरकार की टाली। असी उत्ते जा रहे हैं सरकार की टाली जिते सरकार बेंदे सी बदल करते सी तेल ते अगरबत्ती, उत्थे जाके जलाने तो तमाम पीर में दुआ करते हैं, तो जगह तो दिखाते हैं दोस्तों ने। यह जी सरकार दे टालियां ने इत्थे चिराग जलाने ते अगरबत्ती जलाने, तो तमाम पीर में दुआ ही करते हैं। ये जी बारिश का पानी खड़ा चिराग ये उन्होंने वजह चिराग फुल हो गए हैं। तो इतने भी सरकार के मन माने मरीज आते हैं सलाम करते हैं, अपने फ्लैक्स लेके इतने ला के जाते हैं फ्लैक्स। थले तुसी पानी का शोर सुनो, पानी का शोर ये जी सरकार का चिराग जला रहे हैं, तो तमाम पीर में दुआ कर रहे हैं कि सखी लजपाल सारी नासा मुर्दा पूरा करे, परेशानियां दूर करे जी सदका पंच धन पाक दा। ये सरकार की टाली है जी, इतने सरकार
ਅੰਦੇ ਸੀ ਬੈਂਦੇ ਸੀ ਵਾਅਦਾ ਕਰਦੇ ਸੀ ਸਰਕਾਰ ਦੇ ਆਪ ਸਰਕਾਰੇ ਵਾਅਦਾ ਕਰਦੇ ਸੀ ਉਹਨਾਂ ਦੀ ਟਾਲੀ ਹੈਗੀ चिराग ला के थले हूँ लंगर तैयार हो सी लंगर खा के दुआ मांग के फिर वापस चलांगे इतने अंदर होर चिराग भी पे ने लेकिन बारिशा बहुत ने इतने पहले ऐसी आए हैं दुआ वास्ते चिराग वास्ते जो तो उर्स होंगे ने इतने भी काफ़ी सरकार के माने मुरीद आते हैं दुआ वास्ते इतने आके लंगर बनाते हैं बकरे जिबा करते हैं इतने दुआ मंगते हैं तो चिराग जलाते हैं असी सरकार की टाली से खड़ो के तमाम पीर पीओ से दुआ कर दें कि सखी लजपाल सारी दा समरदा पूरी करे जी जरा बंदा सू कमेंट कर दे कमेंट वास्ते दुआ की अपील कर दे असी दुआ कर दें कि सखी लजपाल सारी दा समरदा पूरा करे जी असी सरकार के मुजावर भी हैं उन्होंने तो सरकार के गद्दी नशीन मुजावर खलीफे भी हैं असी दुआ कर दें कि सखी लजपाल सारी दा समरदा पूरा करे जी वो सामने जी लंगर तैयार हो रहा है लंगर करके दुआ मांग के असी फिर वापस चलांगे अगे हो रस्ता जाता है अगे तक रस्ता जाता है ये जी जो बकरे ले आते ने जिब्बा करके ना तो उन्होंने जो सिर होंगे इतने लटका देंगे ने इतने मनता मनो तो इतने देंगे ने बकरे जिब्बा करते हैं लंगर पकाते हैं सरकार की टाली नाल यह जो तस्वीर लगे जी इंडिया लोगों ने बनाई सी ओना शेर हिमाचल के बीच तो ये इतों तस्वीर जी असी बनाई सी लेकिन है क्या दोवें ख्याली ख्याली तस्वीर ने यह बाबे के टालियों तो लगे जी तस्वीर बाबे दियाँ बाबे सखी सरवर लाल नमस्कार दी जी